ਵੈਲਕਮ ਦੋਸਤੋ, ਤੁਸੀਂ ਵੇਖ ਰਹੇ ਹੋ ਪਾਵਰ ਪੰਜਾਬ ਟੀਵੀ 'ਤੇ। ਅੱਜ ਤੁਹਾਡੇ ਵਾਸਤੇ ਜਿਹੜਾ ਅਸੀਂ ਦੋ ਪਹਿਲਾਂ ਨਾਲ ਚੋਟੀਆਂ ਲੈ ਕੇ ਆਏ ਹਾਂ, ਉਮੀਦ ਕਰਾਂਗੇ ਤੁਹਾਨੂੰ ਬਹੁਤ ਪਸੰਦ ਆਉਣਗੀਆਂ। ਵੀਡੀਓ ਪਸੰਦ ਆਵੇ ਲਾਈਕ ਔਰ ਸ਼ੇਅਰ ਜ਼ਰੂਰ ਕਰੋ। ਇਹ ਦੇਖੋ ਪਹਿਲਾਂ ਚੋਟੀ ਜਨਾਬ ਜੀ, 2 ਦਿਨ ਦੀ ਸੂਈ ਹੋਈ ਥਣ ਛੱਡਾ, ਮਾਸ਼ਾਅੱਲਾ ਚੰਗਾ ਚੋਟੀ ਨੂੰ ਦੇਖੋ, ਮਾਸ਼ਾਅੱਲਾ ਥਣਾਂ ਦੀ ਵੰਡਾਂ ਦੇਖ ਲਓ, ਮੁੱਠ ਮੁੱਠ ਦਾ ਥਾਂ ਹੈ, ਚੰਗੇ ਬਿਰਲਾਂ ਦੇ ਥਾਂ ਹੈ। ਵਾਸ਼ ਆ ਜਨਾਬ ਜੀ, ਚੋਟੀ ਨੇ ਲਾਈ ਹੋਈ ਸਾਰੀ, ਜਿਹੜਾ ਹੈ ਇਸ ਟਾਈਮ ਫਿਲਹਾਲ ਛੱਡਾ ਹੀ ਹੈ, ਕਿੰਨਾ ਹੈਗਾ ਦੇਖੋ ਮਾਸ਼ਾਅੱਲਾ, ਚੰਗਾ ਚੜੇ ਬਾ ਚੋਟੀ, ਮੁੱਠ ਮੁੱਠ ਦਾ ਥਾਣ ਅਤੇ ਚੰਗੀਆਂ ਬਿਰਲਾਂ ਦੇ ਥਾਣ। ਚਿੱਟੀ ਸਫੈਦ ਅੱਖ, ਚੂਰ ਕੂਣ ਸਿੰਘ, ਲੰਮੀ ਬੂਥੀ, ਥੋੜ੍ਹਾ ਜਿਹਾ ਮੱਥਾ ਸਫੈਦ ਹੈ, ਐਂ ਦਾ ਪਿੱਛੇ ਬੱਚਾ ਜਨਾਬ ਜੀ, ਬੱਚਾ ਵੀ ਚਿੱਟੀ ਸਫੈਦ ਅੱਖਦਾ ਜਨਾਬ ਜੀ, ਥੋੜ੍ਹਾ ਜਿਹਾ ਮੱਥਾ ਸਫੈਦ ਹੈ, ਇੱਕ ਹੱਡੀ ਦੀ ਚੋਟੀ ਮਾਸ਼ਾਅੱਲਾ। ਅੱਛਾ ਮਾਸ਼ਾਅੱਲਾ, ਬਹੁਤ ਚੋਟੀ ਅਤੇ ਕੱਦ ਬੁੱਤ ਵੀ ਠੀਕ ਹੈ, ਪੂਰੇ ਕੱਦ ਦੀ ਚੋਟੀ ਜਨਾਬ ਜੀ। ਬਿਮਾਰੀ ਵੀ ਮਾਸ਼ਾਅੱਲਾ ਚੰਗੇ ਵਾਸ਼ਾ ਹੁਣ ਲਾਉਂਦੀਆਂ ਨੇ ਚੋਟੀ, ਇੱਕ ਹੱਡੀ ਦੀ ਚੋਟੀ ਚੰਗੀ ਸੁਥਰੀ ਹੈ, ਥੋੜ੍ਹੇ ਛੱਡ ਕੇ ਰੋਈ ਛਾ ਦੇਖੋ ਮਾਸ਼ਾਅੱਲਾ, ਚੱਡੇ ਵਾਲੇ ਥੱਬੇ ਮਾਰੇ ਨੇ ਚੋਟੀ ਨੇ, ਧੁਨੀ ਤਾਂ ਥੋੜ੍ਹੀ ਜਿਹੀ ਵਾਹ ਹੈਗੀ, ਬਾਕੀ ਚੱਡੇ 'ਚੋਂ ਵਾਹ ਇਨਸ਼ਾਅੱਲਾ ਚੱਕ ਗਈ ਚੋਟੀ। ਸਿੱਧੀ ਟੋਰ ਦੇਖੋ ਮਾਸ਼ਾਅੱਲਾ, ਛੱਡੇ ਛੱਡੇ ਚੰਗਾ ਦੋ ਦਿਨਾਂ ਦੀ ਸੂਈ ਹੋਈ, ਛੱਡੇ ਦੀ ਮਾਸ਼ਾਅੱਲਾ ਸੁਥਰੀ ਚੋਟ, ਇੱਕ ਹੱਡੀ ਦੀ ਮਾਸ਼ਾਅੱਲਾ, ਇਹ ਦੂਸਰੇ ਨੰਬਰ ਵਾਲੀ ਚੋਟੀ ਇਹਦੀ, ਇੱਕ ਕਾਲੇ ਕਾਲੀ ਹੈ, ਇੱਕ ਸਫੈਦ, ਚੂਰ ਕੂਣ ਸਿੰਘ, ਕਿੰਗਰੀ ਵਾਲਾ ਸਿੰਘ ਚੋਟੀ ਦਾ। ਅੱਛਾ ਮਾਸ਼ਾਅੱਲਾ ਚੰਗੀ, ਇੱਕ ਹੱਡੀ ਦੀ ਚੋਟੀ ਹੈ ਵੀ, ਥਣਾਂ ਦੀਆਂ ਬਿਰਲਾਂ ਦੇਖ ਲਓ ਮਾਸ਼ਾਅੱਲਾ, ਚੰਗੀਆਂ ਬਿਰਲਾਂ ਨੇ, 10-12 ਦਿਨ ਚੋਟੀ ਨੇ ਕਹਿੰਦੇ ਕੱਢ ਜਾਣੇ, ਅਤੇ ਬਹੁਤ ਹੀ ਸੁਥਰੀ ਚੋਟੀ ਜਿੰਨੀ ਹੈਗੀ ਮਾਸ਼ਾਅੱਲਾ, ਸੁਥਰੀ ਲੰਮੀ ਤਾਂ ਹੋਣੀ ਮਾਸ਼ਾਅੱਲਾ ਚੋਟੀ ਦੀ, ਬਾਕੀ ਨਸਲ ਜ਼ਿਆਦਾ ਤੁਸੀਂ ਆਪੇ ਦੇਖ ਸਕਦੇ ਜੀ, ਇਹਨਾਂ ਨੂੰ ਪਛਾਣ ਹੈਗੀ, ਦੱਸਣ ਦੀ ਲੋੜ ਹੀ ਨਹੀਂ ਹੈਗੀ। ਥਣ ਛੱਡਾ ਮਾਸ਼ਾਅੱਲਾ ਸੁਥਰਾ ਕੱਢਦੀ ਵੀ ਚੋਟੀ, 8-10 ਦਿਨਾਂ ਦੇ ਵਿੱਚ ਇਨਸ਼ਾਅੱਲਾ ਚੋਟੀ ਨੇ ਬਣ ਜਾਣਾ ਚੰਗਾ, ਇੱਕ ਹੱਡੀ ਦੀ ਚੋਟੀ ਥਣ ਛੱਡੇ ਦੀ ਮਾਹਰ, ਥੋੜ੍ਹੇ ਛੱਡ ਕੇ ਟੋਰੀਆਂ ਨੇ ਛੋਟੀ ਮਾਸ਼ਾਅੱਲਾ ਸੁਥਰੀ, ਹਰ ਪਾਸੇ ਚੌੜਾ ਚੰਗਾ ਚੌੜਾ ਪੁੱਠਾ, ਪਸ਼ਮ ਮਾਸ਼ਾਅੱਲਾ ਬਹੁਤ ਛੋਟੀ ਤੇ ਬਿਲਕੁਲ ਚੂਰ ਕੂਣ ਸਿੰਘ, ਬੜਾ ਮੈਂ ਖਾ ਰਿਹਾ ਜਨਾਬ ਜੀ ਇਸ ਟਾਈਮ, ਧੁੱਪ ਦਾ ਕਰਕੇ ਥੋੜ੍ਹੇ ਜਿਹੇ ਵੀਡੀਓ ਨਹੀਂ ਸਹੀ ਆ ਰਹੀ, ਬਾਕੀ ਇਨਸ਼ਾਅੱਲਾ ਤੁਹਾਨੂੰ ਵਿਖਾਵੇਗੀ ਜੋ ਕੁਛ ਹੈਗਾ ਝੋਟੀ ਦੇ ਵਿੱਚ ਉਹ ਦਿਖੇਗਾ ਇਨਸ਼ਾਅੱਲਾ। ਝੋਟੀ ਇਨਸ਼ਾਅੱਲਾ ਟੁਰਨੋਂ ਹਵਾਦਾਰ ਹੋ ਜਾਏਗੀ ਜਦੋਂ ਚੱਡਾ ਭਰੇਗੀ ਨਾ ਇਨਸ਼ਾਅੱਲਾ। ਬਸ ਇੱਥੇ ਆ ਜਾ, ਇਹਦੇ ਮਗਰ ਕੱਟਾ, ਠੀਕ ਹੋ। ਅਸਲਾਮ ਵਾਲੇਕੁਮ ਜੀ, ਸ਼ਬਾਸ ਕੀ ਹਾਲ ਹੈ ਤੇਰਾ? ਅੱਲਾ ਦਾ ਕਰਮ, ਠੀਕ ਠਾਕ। ਸ਼ਬਾਸ, ਜਿਹੜੇ ਮੈਂ ਪਹਿਲੇ ਨੰਬਰ ਤੇ ਝੋਟੀ ਵਹਾਈ ਸੂਈ ਹੋਈ, ਇਹ ਕਿਦਨ ਦੀ ਸੂਈ ਹੈ? 2 ਦਿਨ ਦੀ। 2 ਦਿਨ ਦੀ ਸੂਈ, ਦੁੱਧ ਕਿੰਨਾ ਕਰ ਰਹੀ ਹੈ ਇਸ ਟਾਈਮ? 7 ਕਿਲੋ। 7 ਕਿਲੋ ਪੱਕਾ? ਦੋ ਦੇ ਕੇ, ਦੋ ਥਣਾ ਚੋ, ਦੋ ਟਾਈਮ ਦਾ, ਬੱਚੇ ਦੇ ਕੇ, ਦੋ ਟਾਈਮਾਂ ਦਾ, ਦੋ ਥਣਾਂ ਦਾ ਪਿਛਲੇ ਦਾ? ਹਾਂ। 7 ਕਿਲੋ ਪੱਕਾ? ਹਾਂ ਪੱਕਾ। ਅਗਲੇ ਥਣ ਬੱਚੇ ਨੂੰ ਪਿਆਉਂਦੇ ਜੀ? ਬੱਚੇ ਨੂੰ, ਠੀਕ। ਤੇ ਇਹਦੀ ਪਿਆਰ ਬਤਲੀ ਕੀਮਤ ਕਿੰਨੀ? 2 ਦਾ 2,10,000 ਰੁਪਏ ਦੇ ਵਿੱਚ ਪਿਆਰ ਬਤ ਹੋ ਜਾਏਗੀ। ਹਾਂ। ਤੇ ਇਹ ਦੂਸਰੇ ਨੰਬਰ ਵਾਲੀ ਕਿੰਨੇ ਕੁ ਦਿਨ ਕੱਢਦੀ ਹੈ? 10-12 ਦੇ 10-12 ਦਿਨ ਕੱਢ ਜਾਏਗੀ ਚੋਟੀ, ਠੀਕ। ਅੱਛਾ, ਇਹ ਕਿਨਵੇਂ, ਪਹਿਲੇ ਸੂਹੇ ਦੂਸਰੇ? ਪਹਿਲੇ ਸੂਹੇ। ਪਹਿਲਾਂ ਦੂਸਰੇ? ਅੱਛਾ।
10 12 ਦਿਨ ਕੱਢ ਜਾਏਗੀ ਇਹਦੀ ਪਿਆਰ ਬਦਲ ਕੀਮਤ ਕਿੰਨੀ ਹੈ ਇਹਦਾ 75 175000 ਰੁਪਿਆ ਇਹਦੇ ਵਿੱਚ ਪਿਆਰ ਬਦ ਹੋ ਜਾਏਗੀ ਹਾਂ ਹੋ ਜਾਏ ਠੀਕ ਲੋ ਜੀ ਦੋਸਤੋ ਇਹ ਦੂਸਰੇ ਨੰਬਰ ਵਾਲੀ ਦਾ 175000 ਰੁਪਿਆ ਪਿਆਰ ਬਦ ਆਪਾਂ ਇਹਦੇ ਵਿੱਚ ਕਰਵਾ ਲਵਾਂਗੇ ਤੇ ਇਹ ਜਨਾਬ ਜੀ ਪਹਿਲੇ ਨੰਬਰ ਵਾਲੀ ਝੋਟੀ ਇਹਦੇ ਪਿੱਛੇ ਕੱਟਾ 7 ਕਿਲੋ ਦੁੱਧ ਹੈ ਮਾਸ਼ਾਅੱਲਾ ਝੋਟੀ ਥੱਲੇ ਇਸ ਟਾਈਮ ਬਾਕੀ ਇਨਸ਼ਾਅੱਲਾ ਝੋਟੀ ਦੁੱਧ ਵਧਾਏਗੀ ਘਟਾਉਂਦੀ ਨਹੀਂ ਅੱਗੇ ਇਹ ਤੇ ਸੱਜਰ ਸੋਈ ਖਾ ਵੀ ਕੁਛ ਨਹੀਂ ਦੀ ਅੱਡਾ ਸਿਹਤ ਵੀ ਹੁੰਦੀ ਦੱਸਦੀ ਪਈ ਤੁਹਾਨੂੰ ਇਹ ਪਿੱਛੇ ਇਹਦੇ ਕੱਟਾ ਇਹਦਾ ਲੱਗਾ 2,10,000 ਰੁਪਏ ਰੇਟ ਇਹਦੇ ਵਿੱਚ ਪਿਆਰ ਬਦ ਕਰਾ ਲਵਾਂਗੇ ਆਪਾਂ ਜਿਸ ਮੇਰੇ ਵੀਰ ਨੂੰ ਪਸੰਦ ਆਵੇ ਉਹ ਸਾਡੇ ਨਾਲ ਰਾਬਤਾ ਕਰ ਸਕਦਾ 0303-7816-150 ਸਾਡਾ ਵਟਸਐਪ ਨੰਬਰ ਵੀ ਈਮੋ ਨੰਬਰ ਵੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਨਹੀਂ ਕਹਿੰਦਾ